ਹਾਂਜੀ, ਕੀ ਹਾਲ ਚਾਲ ਨੇ ਭਰਾਵੋ। ਅੱਜ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਆ ਬਈ, ਗੱਲ ਹੈਗੀ ਆ ਬਹੁਤ ਜ਼ਿਆਦਾ ਜ਼ਰੂਰੀ ਤੇ ਕਰਨੀ ਵੀ ਬਣਦੀ ਆ। ਮੰਨਦੇ ਆ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਤੇ ਚਿੰਤਾ ਕਰਨ ਦੀ, ਚਰਚਾ ਕਰਨ ਦੀ ਲੋੜ ਆ, ਪਰ ਮੈਨੂੰ ਇਹ ਲੱਗਦਾ ਵੀ ਇੱਜ਼ਤ ਤੋਂ ਵੱਡਾ ਕੋਈ ਮੁੱਦਾ ਨਹੀਂ, ਇੱਜ਼ਤ ਤੋਂ ਵੱਡੀ ਕੋਈ ਚਿੰਤਾ ਕਰਨ ਵਾਲੀ ਚੀਜ਼ ਨਹੀਂ ਹੈਗੀ। ਜੇ ਆਪਣੀ ਇੱਜ਼ਤ ਹੀ ਸਲਾਮਤ ਨਹੀਂ ਹੈਗੀ, ਆਪਣੀਆਂ ਇੱਜ਼ਤਾਂ ਹੀ ਸੇਫ ਨਹੀਂ ਹੈਗੀਆਂ, ਤਾਂ ਬਾਕੀ ਮੁੱਦੇ ਸੁਲਝਾ ਕੇ ਵੀ ਬਈ ਆਪਾਂ ਕੀ ਕਰਾਂਗੇ। ਜਿਹੜਾ ਅੱਜ ਦੇ ਟਾਈਮ 'ਚ ਸਭ ਤੋਂ ਵੱਡਾ ਮੰਨ ਲਓ ਚਿੰਤਾ ਦਾ ਵਿਸ਼ਾ, ਉਹ ਇਹ ਆ ਕਿ ਧੀਆਂ ਭੈਣਾਂ ਆਪਦੇ ਮਾਪਿਆਂ ਦੇ ਕਹਿਣੇ 'ਚੋਂ ਬਾਹਰ ਹੋ ਰਹੀਆਂ ਨੇ। ਬਹੁਤ ਜ਼ਿਆਦਾ ਕਹਿਣੇ 'ਚੋਂ ਕੁੜੀਆਂ ਬਾਹਰ ਹੋ ਗਈਆਂ, ਮਾਪਿਆਂ ਨੇ ਅੱਖਾਂ ਮੀਚ ਲਈਆਂ, ਮਾਪੇ ਜਿਵੇਂ ਧੀਆਂ ਕਹਿੰਦੇ ਆ ਉਵੇਂ ਕਰੀ ਜਾਂਦੇ ਆ, ਪਰ ਇਹ ਬਹੁਤ ਗਲਤ ਰਾਹ 'ਤੇ ਆਪਾਂ ਆਪਦੀਆਂ ਧੀਆਂ ਨੂੰ ਤੋਰ ਲਿਆ। ਅੱਜ ਲੋੜ ਆ ਬਈ ਮੋੜਨ ਦੀ। ਤੁਸੀਂ ਮੇਰੀ ਇੱਕ ਗੱਲ ਨੋਟ ਕਰਿਓ, ਇੱਕ ਜਿਹੜੀ ਪਿੰਡਾਂ ਦੇ ਵਿੱਚ ਆਮ ਕੁੜੀ ਰਹਿੰਦੀ ਹੈ 16-17 ਸਾਲਾਂ ਦੀ, ਉਸ ਕੁੜੀ ਦਾ ਦੀ ਸਰੀਰ ਦੀ ਬਣਤਰ ਦੇਖਿਓ, ਤੇ ਜਿਹੜੀਆਂ ਕੁੜੀਆਂ ਆਪਾਂ ਬਾਹਰਲੇ ਸ਼ਹਿਰਾਂ ਦੇ ਵਿੱਚ ਪੜ੍ਹਨ ਲਈ ਭੇਜਦੀਆਂ ਉਹਨਾਂ ਦੀ ਸਰੀਰ ਦੀ ਬਣਤਰ ਦੇਖਿਓ, ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਦਿਸੂਗਾ ਉਸ ਚੀਜ਼ ਦੇ ਵਿੱਚ। ਬਈ ਕੁੜੀਆਂ ਦੇ ਵਿੱਚ ਇੰਨਾ ਕੁ ਜ਼ਿਆਦਾ ਰੁਝਾਨ ਚੱਲ ਚੁੱਕਿਆ ਇਸ ਚੀਜ਼ ਦਾ ਕਿ ਆਪਣੇ ਆਪ ਨੂੰ ਉਮਰ ਤੋਂ ਪਹਿਲਾਂ ਕੁੜੀਆਂ ਜਵਾਨ ਕਰ ਰਹੀਆਂ ਨੇ ਹਾਰਮੋਨਸ ਦੇ ਕੇ। ਬਹੁਤ ਸਾਰੀਆਂ ਕੁੜੀਆਂ ਇਸ ਚੀਜ਼ ਦਾ ਟ੍ਰੀਟਮੈਂਟ ਲੈ ਰਹੀਆਂ ਨੇ ਕਿ ਅਸੀਂ ਉਮਰ ਤੋਂ ਪਹਿਲਾਂ ਜਵਾਨ ਹੋ ਜਾਈਏ। ਤੁਸੀਂ ਇੱਕ ਗੱਲ ਨੋਟ ਕੀਤੀ ਹੋਊਗੀ ਕਿ ਸੋਸ਼ਲ ਮੀਡੀਆ ਦੇ ਉੱਪਰ ਬਈ, ਅੱਜ ਤੋਂ 2-4 ਸਾਲ ਪਹਿਲਾਂ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਸੀਗੇ ਕਿ ਉਦੋਂ ਕੁੜੀਆਂ ਦੇ ਸਰੀਰ ਦੀ ਬਣਤਰ ਇੱਦਾਂ ਹੈਗੀ ਸੀ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਦੇ ਸਰੀਰ ਦੀ ਬਣਤਰ ਹੋ ਰਹੀ ਆ। ਕੁੜੀਆਂ ਦੀਆਂ ਬ੍ਰੈਸਟਾਂ ਉਮਰ ਦੇ ਹਿਸਾਬ ਨਾਲ ਹੱਦ ਤੋਂ ਜ਼ਿਆਦੀਆਂ ਭਾਰੀਆਂ ਹੋ ਰਹੀਆਂ ਨੇ, ਕੁੜੀਆਂ ਦੀਆਂ ਬੈਕ ਦੇਖੋ ਕਿੰਨੀਆਂ ਜ਼ਿਆਦੀਆਂ ਭਾਰੀਆਂ ਹੋ ਰਹੀਆਂ ਨੇ। ਕਾਹਦੀ ਦੇਣ ਆ? ਸਾਰੀ ਹਾਰਮੋਨਸ ਦੀ ਦੇਣ ਆ, ਸਟੀਰਡ ਦੀ ਦੇਣ ਆ। ਬਈ ਇਸ ਚੀਜ਼ ਦੇ ਖਮਿਆਜੇ ਬੜੇ ਖਤਰਨਾਕ ਭੁਗਤਣੇ ਪੈਣੇ ਆ। ਕੁੜੀਆਂ ਉਮਰ ਤੋਂ ਪਹਿਲਾਂ ਆਪਣੇ ਆਪ ਨੂੰ ਜਵਾਨ ਕਰ ਰਹੀਆਂ ਨੇ, ਇਹ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਆਪਾਂ ਪਿੰਡਾਂ ਦੇ ਵਿੱਚੋਂ ਕੁੜੀਆਂ ਪੜ੍ਹਨ ਲਈ ਭੇਜ ਦਿੰਦੇ ਆ, ਉੱਥੇ ਜਾ ਕੇ ਇੱਕ ਕੁੜੀ ਇਹ ਕੰਮ ਕਰਦੀ ਆ, ਦੂਜੀ ਕੁੜੀ ਨੂੰ ਦੱਸਦੀ ਆ, ਤੀਜੀ ਕੁੜੀ ਨੂੰ ਦੱਸਦੀ, ਚੌਥੀ ਕੁੜੀ ਦੱਸਦੀ ਆ, ਪਤਾ ਨਹੀਂ ਕਹਿੰਦੇ ਇੱਕ ਮੱਝ ਲਿਬੜੀ ਹੋਵੇ ਕਿੰਨੀਆਂ ਮੱਝਾਂ ਉਹ ਲਬੇੜ ਦਿੰਦੀ ਆ। ਤੇ ਜਿਹੜੀਆਂ 3-4 ਚਵਲਾਂ ਹੈਗੀਆਂ ਨੇ ਜਿਹੜੀਆਂ ਨੇ ਇੰਸਟਾ ਤੇ ਗੰਦ ਪਾਇਆ, ਆਪਦੀ ਬਾਡੀ ਨੂੰ ਦਿਖਾਉਂਦੀਆਂ ਨੇ, ਕਦੇ ਬ੍ਰੈਸਟ ਦਿਖਾਉਂਦੀਆਂ ਨੇ, ਕਦੇ ਹਿੱਪ ਨੂੰ ਦਿਖਾਉਂਦੀਆਂ ਨੇ, ਉਹਨਾਂ ਚੀਜ਼ਾਂ ਦਾ ਅਸਰ ਨਵੀਂ ਉਮਰ ਦੀਆਂ ਕੁੜੀਆਂ ਤੇ ਬਹੁਤ ਜ਼ਿਆਦਾ ਤੇ ਖਤਰਨਾਕ ਤੇ ਭੈੜਾ ਅਸਰ ਪੈ ਰਿਹਾ। ਬਈ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇਹ ਗੱਲ ਸੋਚ ਲਿਓ ਕਿ ਇਹਨਾਂ ਕੁੜੀਆਂ ਤੋਂ ਬੱਚੇ ਨਹੀਂ ਪੈਦਾ ਹੋਣੇ, ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ, ਬਹੁਤ ਘੱਟ ਬੱਚੇ ਕੁੜੀਆਂ ਪੈਦਾ ਕਰ ਸਕਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ। ਬਈ ਆਪਾਂ ਰੋਂਦੇ ਸੀ ਕਿ ਸਾਡੇ ਪੰਜਾਬ ਦੇ ਮੁੰਡੇ ਨਸ਼ਾ ਕਰਦੇ ਆ, ਪਰ ਕੁੜੀਆਂ ਤਾਂ ਮੁੰਡਿਆਂ ਨੂੰ ਵੀ ਪਿੱਛੇ ਛੱਡ ਗਈਆਂ। ਬਈ ਜਿੰਨਾ ਇਸ ਟਾਈਮ ਤੇ ਕੁੜੀਆਂ ਦੇ ਵਿੱਚ ਕਰੇਜ ਆ ਕੈਪਸੂਲ ਖਾਣ ਦਾ, ਪ੍ਰੈਗੇ ਦੇ ਸਿਗਨੇਚਰ ਦੇ ਕੈਪਸੂਲ ਜਿੰਨਾ ਜ਼ਿਆਦਾ ਕੁੜੀਆਂ ਯੂਜ਼ ਕਰ ਰਹੀਆਂ ਨੇ, ਸ਼ਾਇਦ ਇੰਨਾ ਮੁੰਡੇ ਵੀ ਯੂਜ਼ ਨਹੀਂ ਕਰਦੇ ਹੋਣੇ। 17-18 ਸਾਲਾਂ ਦੀਆਂ ਕੁੜੀਆਂ 2-3 ਪ੍ਰੈਗੇ ਦੇ ਕੈਪਸੂਲ ਖਾ ਲੈਂਦੀਆਂ ਨੇ, ਉੱਤੋਂ 2-3 ਸਟਿੰਗ ਪੀ ਰਹੀਆਂ ਨੇ। ਬਈ ਜਿਹੜੇ ਮਾਪਿਆਂ ਨੇ ਆਪਦੀਆਂ ਧੀਆਂ ਨੂੰ ਘਰਾਂ ਤੋਂ ਬਾਹਰ ਪੜ੍ਹਨ ਭੇਜਿਆ, ਮੈਂ ਸਾਰੀਆਂ ਦੀ ਗੱਲ ਨਹੀਂ ਕਰਦਾ ਬਈ, ਪਰ ਵਿੱਚੋਂ 70% ਕੁੜੀਆਂ ਇਸ ਰਾਹ ਤੇ ਤੁਰ ਚੁੱਕੀਆਂ ਨੇ, ਖਾਸ ਕਰਕੇ ਜਿਹੜੀਆਂ ਕੁੜੀਆਂ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਪੜ੍ਹਦੀਆਂ ਨੇ। ਬਈ ਉਹਨਾਂ ਦਾ ਬੇੜਾ ਗਰਕ ਹੋ ਚੁੱਕਿਆ, ਮਾਪਿਆਂ ਨੇ ਬਿਲਕੁਲ ਅੱਖਾਂ ਮੀਟੀਆਂ ਨੇ, ਮਾਪਿਆਂ ਨੂੰ ਕੋਈ ਪਤਾ ਨਹੀਂ ਕਿ ਸਾਡੀਆਂ ਧੀਆਂ ਕਿਹੜੇ ਰਾਹ ਤੇ ਤੁਰ ਚੁੱਕੀਆਂ ਨੇ। ਤੇ ਸਭ ਤੋਂ ਵੱਡਾ ਕਰੇਜ਼ ਚੱਲ ਪਿਆ ਪ੍ਰਾਈਵੇਟ ਪਾਰਟ ਦੇ ਉੱਪਰ ਟੈਟੂ ਬਣਾਉਣ ਦਾ। ਠੀਕ ਆ ਯਾਰ, ਟ੍ਰੈਂਡ ਆ, ਜ਼ਮਾਨਾ, ਕੋਈ ਚੱਕਰ ਨਹੀਂ, ਟੈਟੂ ਬਣਾਉਣੇ ਚਾਹੀਦੇ ਆ ਜਿਵੇਂ ਜ਼ਮਾਨਾ ਚੱਲਣਾ ਚਾਹੀਦਾ। ਮੈਂ ਤੁਹਾਡੀ ਗੱਲ ਵੱਡੀ ਕਰ ਦਿੰਦਾ, ਚੱਲ ਹੱਥ ਤੇ ਟੈਟੂ ਬਣਵਾ ਲਿਆ, ਬਾਂਹ ਤੇ ਟੈਟੂ ਬਣਵਾ ਲਿਆ, ਪਰ ਇਹ ਦੱਸੋ ਕਿ ਪ੍ਰਾਈਵੇਟ ਪਾਰਟਸ ਦੇ ਉੱਪਰ ਟੈਟੂ ਬਣਾਉਣਾ ਚੰਗੀ ਗੱਲ ਆ ਜਾਂ ਮਾੜੀ ਗੱਲ ਆ? ਉਹ ਪ੍ਰਾਈਵੇਟ ਪਾਰਟ ਕਿਹਨੇ ਦੇਖਣਾ ਦੱਸੋ ਪਹਿਲਾਂ ਮੈਨੂੰ। ਟੈਟੂ ਜੇ ਟੈਟੂ ਬਣਵਾਇਆ ਜਾਂਦਾ ਤਾਂ ਇਹਦਾ ਮਤਲਬ ਇਹ ਆ ਕਿ ਦਿਖਾਉਣ ਲਈ ਬਣਾਇਆ ਜਾਂਦਾ। ਜੇ ਆਪਾਂ ਪ੍ਰਾਈਵੇਟ ਪਾਰਟ ਦੇ ਉੱਪਰ ਟੈਟੂ ਬਣਾ ਰਹੇ ਹਾਂ ਤਾਂ ਇਹਦਾ ਮਤਲਬ ਇਹ ਆ ਕਿ ਆਪਾਂ ਉਹ ਕਿਸੇ ਨੂੰ ਦਿਖਾਉਣ ਵਾਸਤੇ ਮੁੰਡਿਆਂ 'ਚ ਕਰੇਜ਼ ਪੈਦਾ ਕਰਨ ਵਾਸਤੇ ਉਹ ਟੈਟੂ ਬਣਾਇਆ ਜਾ ਰਿਹਾ। ਕੁੜੀਆਂ ਦੇ ਵਿੱਚ ਰੁਝਾਨ ਬਹੁਤ ਜ਼ਿਆਦਾ ਵੱਧ ਰਿਹਾ ਕਿ ਪ੍ਰਾਈਵੇਟ ਪਾਰਟਸ ਦੇ ਉੱਪਰ ਟੈਟੂ ਬਣ ਰਹੇ ਆ। ਇਸੋ ਤਾਂ ਕਿ ਕਈ ਮਾਪਿਆਂ ਨੂੰ ਵੀ ਨਹੀਂ ਪਤਾ ਕਿ ਸਾਡੀਆਂ ਧੀਆਂ ਜਿੱਥੇ ਪੜ੍ਹ ਰਹੀਆਂ ਨੇ ਉੱਥੇ ਉਹਨਾਂ ਦੇ ਪ੍ਰਾਈਵੇਟ ਪਾਰਟਸ ਦੇ ਉੱਪਰ ਟੈਟੂ ਬਣੇ ਹੋਏ ਆ। ਪਰ ਇਹ ਹੱਕ ਬਈ ਮਾਂ ਕੋਲ ਤਾਂ ਹੈਗਾ, ਮਾਂ ਤਾਂ ਆਪਦੀ ਧੀ ਦਾ ਚੈੱਕਅਪ ਕਰ ਸਕਦੀ ਹੈ ਵੀ ਹਾਂ ਮੈਂ ਦੇਖਾਂ ਕਿ ਮੇਰੀ ਕੁੜੀ ਨੇ ਟੈਟੂ ਬਣਵਾਇਆ ਜਾਂ ਨਹੀਂ ਬਣਵਾਇਆ। ਮੈਂ ਗੱਲ ਕਹਿੰਦਾ ਵੀ ਜਿਹੜੀ ਕੁੜੀ
ਇਹੋ ਜਿਹਾ ਕੰਮ ਕਰਦੀ ਆ ਬਈ ਉਹਦੇ ਡਾਂਗ ਫਿਰ ਉਹ ਧਰ ਕੇ, ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਖਮਿਆਜੇ ਬੜੇ ਭੈੜੇ ਭੁਗਤਣੇ ਪੈਣੇ ਆ। ਇੰਸਟਾਗ੍ਰਾਮ ਤੇ 4-5 ਕੁੜੀਆਂ ਤਾਂ ਇਹੋ ਜਿਹੀਆਂ ਨੇ ਬਈ ਜਿਨ੍ਹਾਂ ਨੇ ਠੇਕਾ ਲਿਆ ਹੋਇਆ ਰੱਜ ਕੇ ਗੰਦ ਪਾਉਣ ਦਾ। ਪਰ ਮੈਂ ਜਿਹੜੀ ਮੇਨ ਚਿੰਤਾ ਦਾ ਵਿਸ਼ਾ ਇਹ ਆ ਕਿ ਜਿਹੜੀਆਂ ਨਵੀਂ ਉਮਰ ਦੀਆਂ ਕੁੜੀਆਂ ਨੇ ਅੱਜ 7-8 ਸਾਲ ਦੀਆਂ ਆਪਣੀਆਂ ਧੀਆਂ ਭੈਣਾਂ ਨੇ, ਕੱਲ ਨੂੰ ਇਹਨਾਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਨਾ, ਬਈ ਇਹਨਾਂ ਨੂੰ ਬਚਾ ਲਈਏ। ਕਿਉਂਕਿ ਜਿਹੜੀਆਂ ਕੁੜੀਆਂ ਗੰਦ ਪਾਉਂਦੀਆਂ ਉਹ ਤਾਂ ਚੰਡੀਗੜ੍ਹ ਜਾ ਕੇ ਪਿੰਡਾਂ ਚੋਂ ਨਿਕਲ ਕੇ ਚੰਡੀਗੜ੍ਹ ਜਾ ਕੇ ਬਹਿ ਗਈਆਂ ਬਈ, ਉਹ ਉਹਨਾਂ ਦਾ ਕੰਮ, ਉਹਨਾਂ ਦਾ ਮਾਂ ਪਿਓ ਨੂੰ ਵੀ ਛੱਡਤਾ, ਆਪਦੇ ਭੈਣ ਭਰਾ ਨੂੰ ਵੀ ਛੱਡਤਾ। ਉਹਨਾਂ ਦੇ ਵਿੱਚ ਤਾਂ ਇੱਕੋ ਕਰੇਜ਼ ਆ ਕਿ ਅਸੀਂ ਆਪ ਫੇਮਸ ਹੋਣਾ ਜਿਵੇਂ ਮਰਜ਼ੀ ਹੋਈਏ। ਪਹਿਲਾਂ ਕੁੱਲੜ ਪੀਜਲ ਨੇ ਗੰਦ ਪਾਇਆ ਸੀਗਾ, ਹੁਣ ਅਮਨ ਰਾਮਗੜੀਆ ਨੇ ਗੰਦ ਪਾਤਾ, ਫਿਰ ਉਹ ਸੁਖ ਰਤੀਰਾ ਜਿਹੜੀ ਕੁੜੀ ਸੀਗੀ ਉਹਨੇ ਕਿੰਨਾ ਗੰਦ ਪਾਇਆ, ਕਿੰਨੇ ਉਹਨੇ ਇੰਟਰਵਿਊ ਦੇ ਵਿੱਚ ਦੱਸਿਆ ਕਿ ਮੈਂ ਪ੍ਰੈਗਨੈਂਟ ਸੀ, ਮੈਂ ਇੱਕ ਬੱਚੇ ਦੀ ਮਾਂ ਆ, ਮੈਂ ਤਲਾਕ ਹੋ ਗਿਆ, ਜੇ ਹੋ ਗਿਆ, ਵੋ ਹੋ ਗਿਆ। ਉਹਨਾਂ ਚੀਜ਼ਾਂ ਦਾ ਅਸਰ ਨਵੀਆਂ ਉਮਰ ਦੀਆਂ ਕੁੜੀਆਂ ਤੇ ਬੜਾ ਭੈੜਾ ਪੈ ਰਿਹਾ ਬਈ। ਮੈਂ ਇੱਕੋ ਗੱਲ ਕਹਿੰਦਾ ਹੁੰਦਾ ਕਿ ਪਲੱਸ ਟੂ ਤੱਕ ਆਪਦੀਆਂ ਧੀਆਂ ਭੈਣਾਂ ਨੂੰ ਮੋਬਾਈਲ ਤੋਂ ਦੂਰ ਕਰ ਲਓ, ਜੇ ਆਪਦੇ ਘਰਾਂ ਦੀਆਂ ਇੱਜ਼ਤਾਂ ਬਚਾਉਣੀਆਂ ਨੇ। ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਆ, ਪਰ ਜੇ ਆਪਣੇ ਪੱਲੇ ਇੱਜ਼ਤ ਨਹੀਂ ਅਣਖਣੀ ਤਾਂ ਬਈ ਆਪਣੇ ਪੱਲੇ ਕੱਖ ਵੀ ਨਹੀਂ, ਆਪਾਂ ਮਰਿਆਂ ਤੋਂ ਭੈੜੇ ਹੋ ਜਾਵਾਂਗੇ। ਆਉਣ ਵਾਲੇ 4-5 ਸਾਲਾਂ ਦੇ ਵਿੱਚ ਇਸ ਚੀਜ਼ ਦੇ ਖਮਿਆਜੇ ਬੜੇ ਭੈੜੇ ਨਿਕਲਣੇ ਆ। ਸੜਕਾਂ 'ਤੇ ਤੁਹਾਨੂੰ ਉਹ ਚੀਜ਼ਾਂ ਆਮ ਦੇਖਣ ਨੂੰ ਮਿਲਣਗੀਆਂ ਬਈ, ਜਿਹੜੀਆਂ ਤੁਸੀਂ ਗੋਰਿਆਂ ਦੇਸ਼ਾਂ 'ਚ ਦੇਖ ਕੇ ਆਏ ਸੀ, ਅਤੇ ਆਪਣੇ ਵਾਲਿਆਂ ਨੇ ਗੋਰਿਆਂ ਨੂੰ ਪਿੱਛੇ ਕੱਟ ਦੇਣਾ। ਮੁੰਡਿਆਂ ਨਾਲੋਂ ਜ਼ਿਆਦਾ ਗੰਦ ਇਸ ਟਾਈਮ 'ਤੇ ਕੁੜੀਆਂ ਪਾ ਰਹੀਆਂ ਨੇ। ਜਿਹੜੇ ਮੇਰੇ ਭੈਣ ਭਰਾ ਮੈਨੂੰ ਸੁਣ ਰਹੇ ਆ, ਤੁਸੀਂ ਸੋਸ਼ਲ ਮੀਡੀਆ 'ਤੇ ਬਹੁਤ ਕੁਛ ਦੇਖਿਆ ਹੋਊਗਾ, ਕਿੱਥੇ ਨੇ ਸਾਡੀਆਂ ਜਥੇਬੰਦੀਆਂ ਬਈ, ਕਿੱਥੇ ਨੇ ਸਾਡੇ ਪ੍ਰਚਾਰਕ ਜਿਹੜੇ ਇਸ ਚੀਜ਼ 'ਤੇ ਜ਼ੋਰ ਨਹੀਂ ਦੇ ਰਹੇ। ਅੱਜ ਲੋੜ ਆ ਆਪਾਂ ਨੂੰ ਜਾਗਣ ਦੀ, ਸੁਚੇਤ ਹੋਣ ਦੀ। ਆਪਣੀਆਂ ਧੀਆਂ ਭੈਣਾਂ ਆਪਣੇ ਹੱਥਾਂ 'ਚੋਂ ਬਾਹਰ ਨਿਕਲ ਰਹੀਆਂ ਨੇ। ਕਈ ਮਾਪੇ ਇਹ ਗੱਲ ਕਹਿੰਦੇ ਆ ਵੀ ਨਹੀਂ, ਸਾਡੀ ਕੁੜੀ ਸਾਨੂੰ ਇਹ ਗੱਲ ਕਹਿੰਦੀ ਆ ਜੇ ਮੈਨੂੰ ਮੋਬਾਈਲ ਨਾ ਲੈ ਕੇ ਤਾਂ ਮੈਂ ਮਰ ਜੂੰਗੀ। ਤਾਂ ਮੈਂ ਉਹਨਾਂ ਮਾਪਿਆਂ ਨੂੰ ਕਹਿੰਦਾ ਵੀ ਜਿਹੜੀ ਧੀ ਤੁਹਾਨੂੰ ਅੱਜ ਇਹ ਗੱਲ ਕਹਿੰਦੀ ਆ ਨਾ, ਮੈਨੂੰ ਮੋਬਾਈਲ ਲੈ ਕੇ ਤਾਂ ਨਹੀਂ ਤੇ ਮੈਂ ਮਰ ਜੂੰਗੀ, ਕੁਝ ਖਾ ਕੇ ਉਹਨੂੰ ਕਹਾਂ ਜਾ ਮਰ ਜਾ, ਕੱਲ ਨੂੰ ਸਾਡਾ ਮੂੰਹ ਕਾਲਾ ਕਰਕੇ ਮਰੇਗੀ, ਉਹਦੇ ਨਾਲ ਚੰਗਾ ਤੂੰ ਅੱਜ ਮਰ ਜਾ। ਜਿਹੜੀਆਂ ਧੀਆਂ ਆਪਦੇ ਮਾਪਿਆਂ ਨੂੰ ਡਰਾਉਂਦੀਆਂ ਨੇ, ਧਮਕੀਆਂਦੀਆਂ ਨੇ ਵੀ ਸਾਨੂੰ ਮੋਬਾਈਲ ਲੈ ਕੇ ਤਾਂ ਨਹੀਂ ਅਸੀਂ ਮਰ ਜਾਂਗੀਆਂ, ਉਹਨਾਂ ਨੂੰ ਕਹਿ ਮਰੋ ਜਿੱਥੇ ਮਰਜ਼ੀ ਮਰੋ, ਖਤਮ ਹੋ ਜਾਓ, ਕੋਈ ਚੱਕਰ ਵਾਲੀ ਗੱਲ ਨਹੀਂ। ਕਈ ਮਾਵਾਂ ਨੇ ਧੀਆਂ ਦਾ ਬੇੜਾ ਕਰਕੇ ਕੀਤਾ, ਪਿਓਾਂ ਨਾਲ ਲੜ ਕੇ ਧੀਆਂ ਨੂੰ ਮੋਬਾਈਲ ਦਵਾਉਂਦੀਆਂ ਨੇ ਕਿ ਸਰ ਮੇਰੀ ਧੀ ਨੂੰ ਮੋਬਾਈਲ ਦਵਾ, ਇਹਦੀ ਮਾਸੀ ਦੀ ਕੁੜੀ ਕੋਲ ਮੋਬਾਈਲ ਆ, ਇਹਦੇ ਮਾਮੇ ਦੀ ਕੁੜੀ ਕੋਲ ਮੋਬਾਈਲ ਆ, ਭੂਆ ਦੀ ਕੁੜੀ ਕੋਲ ਮੋਬਾਈਲ ਆ। ਮੈਂ ਕਹਿੰਦਾ ਜਿਹੜੀਆਂ ਮਾਵਾਂ ਇਹ ਕੰਮ ਕਰਦੀਆਂ ਨੇ ਨਾ, ਪਿਓਾਂ ਨੂੰ ਮੰਨ ਲਓ ਕਹਿੰਦੀਆਂ ਨੇ ਵੀ ਹਾਂ ਮੇਰੀ ਧੀ ਨੂੰ ਮੋਬਾਈਲ ਦਵਾ, ਮੈਂ ਉਹਨਾਂ ਬੰਦਿਆਂ ਨੂੰ ਕਹਿੰਦਾ ਜਨਾਨੀ ਦੀ ਗੁੱਤ ਥੱਲੇ 4 ਚਪੇੜਾਂ ਧਰੋ ਬਈ, ਜਾਂ ਫਿਰ ਉਹਨਾਂ ਦੇ ਧਰ ਕੇ ਡਾਂਗ। ਇਹ ਬੇੜਾ ਕਰਕੇ ਕਰੀ ਜਾਂਦੀਆਂ ਨੇ, ਇਹਨਾਂ ਨੂੰ ਪਤਾ ਹੀ ਨਹੀਂ ਵੀ ਹਾਂ ਮੋਬਾਈਲਾਂ ਦੇ ਨਾਲ ਦੁਨੀਆਂ ਕਿੱਥੋਂ ਦੀ ਕਿੱਥੇ ਪਹੁੰਚੀ ਪਈ ਆ। ਇੱਕ ਪਿੰਡਾਂ ਦੇ ਵਿੱਚ ਕਦੇ ਵੀ ਨੋਟ ਕਰ ਲਿਓ, ਹਰੇਕ ਕੁੜੀ ਦੇ ਕੋਲ ਮੋਬਾਈਲ ਆ, ਘਰੋਂ ਨਿਕਲਣਗੀਆਂ ਕੰਨ ਦੇ ਵਿੱਚ ਹੈੱਡਫੋਨ ਲਾ ਲੈਣਗੀਆਂ, ਜਾਂ ਕੰਨ ਦੇ ਨਾਲ ਮੋਬਾਈਲ ਲਾ ਲੈਣਗੀਆਂ, ਬੱਸ ਅੱਡੇ ਤੱਕ ਫੋਨ ਕਰਦੀਆਂ ਜਾਂਦੀਆਂ ਨੇ, ਤੇ ਜੇ ਬੱਸ ਤੋਂ ਉਤਰਨਗੀਆਂ ਘਰ ਤੱਕ ਫੋਨ ਕਰਦੀਆਂ ਆਉਣਗੀਆਂ। ਦੱਸੋ ਇਹਨਾਂ ਦੇ ਏਡੇ ਕਿੱਡੇ ਕੁ ਸ਼ੈਲਰ ਚੱਲਦੇ ਆ ਬਈ, ਜਿਹਨਾਂ ਨੇ ਇਹਨਾਂ ਕੋਲ ਇੱਕ ਮਿੰਟ ਦਾ ਵਿਹਲ ਨਹੀਂ ਹੈਗਾ ਫੋਨ ਕਰਨ ਨੂੰ ਲੈਂਦਾ। ਕਈ ਕੁੜੀਆਂ ਤਾਂ ਬੱਸ ਦੇ ਵਿੱਚ ਵੀ ਖੁਦ ਫੋਨ ਤੇ ਗੱਲਾਂ ਕਰਦੀਆਂ ਜਾਂਦੀਆਂ ਨੇ ਸਕੂਲ ਤੱਕ। ਇਸ ਕਰਕੇ ਭਰਾਵੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੀਆਂ ਜਿੱਦਾਂ ਸੇਫ ਰਹਿਣ, ਤਾਂ ਆਪਦੀਆਂ ਧੀਆਂ ਭੈਣਾਂ ਨੂੰ ਮੋਬਾਈਲ ਤੋਂ ਦੂਰ ਕਰ ਲਓ, ਦੂਰ ਕਰ ਲਓ। ਬੜੀ ਉਮਰ ਪਈ ਆ ਮੋਬਾਈਲ ਚਲਾਉਣ ਦੀ, ਪਲੱਸ ਟੂ ਤੱਕ ਆਪਦੇ ਬੱਚਿਆਂ ਨੂੰ ਮੋਬਾਈਲ ਤੋਂ ਬਚਾ ਲਓ। ਪਲੱਸ ਟੂ ਤੱਕ ਬੱਚਿਆਂ ਨੂੰ ਸਮਝ ਆ ਜਾਂਦੀ ਹੈ ਚੰਗਾ ਕੀ ਆ ਮਾੜਾ ਕੀ ਆ, ਪਲੱਸ ਟੂ ਤੱਕ ਆਪਦੀਆਂ ਧੀਆਂ ਭੈਣ ਨੂੰ ਮੋਬਾਈਲ ਤੋਂ ਦੂਰ ਕਰ ਲਓ, ਨਹੀਂ ਤਾਂ ਬੇੜਾ ਗਰਕ ਹੋ ਜਾਣਾ ਜੀ। ਕਿਸੇ ਦੀ ਇੱਜ਼ਤ ਨਹੀਂ ਸੇਫ ਰਹਿਣੀ ਇੱਥੇ। ਕੁੜੀਆਂ ਨੇ ਤਾਂ ਇੰਨੀਆਂ ਕੁ ਹੱਦਾਂ ਪਾਰ ਕਰਤੀਆਂ, ਸ਼ਰੇਆਮ ਕੁੜੀਆਂ ਕੱਪੜੇ ਬਦਲ ਰਹੀਆਂ ਨੇ ਰੀਲਾਂ ਦੇ ਵਿੱਚ, ਸ਼ਰੇਆਮ ਬ੍ਰੈਸਟਾਂ ਦਿਖਾ ਰਹੀਆਂ ਨੇ, ਸ਼ਰੇਆਮ ਆਪਦੀ ਬੈਕ ਨੂੰ ਵਿਖਾ ਰਹੀਆਂ ਨੇ। ਹੁਣ ਬੈਕ ਨੂੰ ਮੰਨ ਲਓ ਭਾਰਾ ਕਰਨ ਦਾ ਇੰਨਾ ਕੁ ਜ਼ਿਆਦਾ ਪੰਜਾਬ ਦੇ ਵਿੱਚ ਕਰੇਜ਼ ਆ, ਜਿਹਦੇ ਕਰਕੇ ਕੁੜੀਆਂ ਸਟੀਰਡ ਲੈ ਰਹੀਆਂ ਨੇ, ਹਾਰਮੋਨਸ ਲੈ ਰਹੀਆਂ ਨੇ, ਉਮਰ ਤੋਂ ਪਹਿਲਾਂ ਆਪਦੇ ਅੰਗਾਂ ਨੂੰ ਡਿਵੈਲਪ ਕਰ ਰਹੀਆਂ ਨੇ। ਸਭ ਤੋਂ ਵੱਧ ਟੈਨਸ਼ਨ ਦਾ ਮੁੱਦਾ ਇਹ ਬਣਿਆ ਹੋਇਆ ਬਈ, ਉਸ ਚੀਜ਼ ਜੇ ਆਪਾਂ ਕਿਸੇ ਕੁਦਰਤੀ ਨੈਚੁਰਲੀ ਚੀਜ਼ ਨਾਲ ਛੇੜਖਾਨੀ ਕਰਾਂਗੇ, ਉਸ ਚੀਜ਼ ਦਾ ਖਮਿਆਜਾ ਆਪਾਂ ਨੂੰ ਭੁਗਤਣਾ ਪੈਣਾ। ਤੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਕਰੇਜ਼ ਬਹੁਤ ਵੱਡੇ ਪੱਧਰ ਤੇ ਚੱਲਿਆ ਹੋਇਆ ਬਈ। ਇੱਕ ਪਿੰਡ ਦੀ ਕੁੜੀ ਦੀ ਸਰੀਰ ਦੀ ਬਣਤਰ ਦੇਖੋ, ਇੱਕ ਵੱਡੇ ਸ਼ਹਿਰਾਂ ਦੀ ਕੁੜੀਆਂ ਸਰੀਰ ਦੀ ਬਣਤਰ ਦੇਖੋ, ਤੁਹਾਨੂੰ ਜ਼ਮੀਨ ਸਮਾਨ ਦਾ ਫਰਕ ਦਿਸੂਗਾ ਉਹਨਾਂ ਦੀ ਬੈਕ ਦੇ ਵਿੱਚ, ਉਹਨਾਂ ਦੀ ਬ੍ਰੈਸਟ ਦੇ ਵਿੱਚ। ਬਹੁਤ ਮਾੜਾ ਰੁਝਾਨ, ਬਹੁਤ ਮਾੜੇ ਪਾਸੇ ਤੁਰ ਪਈਆਂ ਆਪਣੀਆਂ ਕੁੜੀਆਂ, ਇਹਨਾਂ ਨੂੰ ਮੋੜਨਾ ਪੈਣਾ ਬਈ, ਠੀਕ ਆ। ਇਹ ਸਭ ਤੋਂ ਵੱਧ ਚਿੰਤਾਜਨਕ ਵਿਸ਼ਾ ਇਹ ਆ।
ਜੇ ਘਰ ਦੀਆਂ ਇੱਜ਼ਤਾਂ ਸੇਫ ਨਹੀਂ ਤਾਂ ਕੱਖ ਵੀ ਆਪਣੇ ਪੱਲੇ ਨਹੀਂ, ਹੋਰ ਪੰਜਾਬ ਦੇ ਜਿੰਨੇ ਮਰਜ਼ੀ ਮੁੱਦੇ ਸੁਲਝਾ ਲਿਓ, ਜੇ ਬੰਦੇ ਦੇ ਪੱਲੇ ਇੱਜ਼ਤ ਨਹੀਂ ਤਾਂ ਬੰਦੇ ਦੇ ਪੱਲੇ ਇੱਕ ਧੇਲਾ ਵੀ ਹੈ ਨਹੀਂ। ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਏ ਤਾਂ ਬਈ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਵਾਕਈ ਇਹ ਮੁੱਦਿਆਂ 'ਤੇ ਚਰਚਾ ਹੋਣੀ ਜਾਂ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਜਾਂ ਨਹੀਂ ਚਾਹੀਦਾ। ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ।